ਸਾ ਸਾਰੀ ਗੱਲ ਦੋਸਤੋ ਪ੍ਰੋਗਰਾਮ ਅਖਬਾਰੀ ਸੱਤ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ 26 ਨਵੰਬਰ 2019 ਬਠਿੰਡੇ ਦਾ ਦਾਦੀ ਪੁੱਤੀ ਪਾਰਕ ਪਾਰਕ ਦੇ ਵਿੱਚ ਸੰਗੀ ਸਾਥੀ ਉਹੀ ਸਾਥ ਦੇ ਮੈਂਬਰ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਨਾਲ ਮਿਲ ਕੇ ਬੈਠਦੇ ਆ ਤੇ ਫਿਰ ਚਰਚਾ ਚੱਲਦੀ ਹੈ ਤਾਂ ਹਮੇਸ਼ਾ ਆਪਾਂ ਗੱਲਬਾਤ ਕਰਦੇ ਆ ਤਾਰੂਫ ਜਿਹੜਾ ਉਹ ਪਹਿਲਾਂ ਕਰਵਾਣਾ ਜਿਹੜਾ ਉਹ ਤੁਹਾਨੂੰ ਪਤਾ ਬੰਦਾ ਹੁੰਦਾ ਤਾਂ ਮੇਰੇ ਇਧਰਲੇ ਪਾਸੇ ਖੜੇ ਨੇ ਹਾਂਜੀ ਸੁਖਵਿੰਦਰ ਜੀ ਜਿਨ੍ਹਾਂ ਦਾ ਫੋਨ ਆ ਗਿਆ ਇਸ ਤੋਂ ਬਾਅਦ ਸਰਦਾਰ ਟੈਲ ਸਿੰਘ ਜੀ ਡਾਕਟਰ ਵੇਰਕ ਉਸ ਤੋਂ ਬਾਅਦ ਸਰਦਾਰ ਗੁਰਮੇਲ ਸਿੰਘ ਜੀ ਉਸ ਤੋਂ ਬਾਅਦ ਹਮੀਰ ਜੀ ਮਿਸਟਰ ਗਿਲ ਅਮਰਜੋਤ ਜੀ ਇਸ ਤੋਂ ਬਾਅਦ ਕੁਲਦੀਪ ਸਿੰਘ ਜੀ ਤੁਹਾਡਾ ਕੀ ਨਾਮ ਹੈ ਜਗਸੀਰ ਸਿੰਘ ਜੀ ਤਾਂ ਆਪਾਂ ਇਹ ਹੁੰਦਾ ਵੀ ਜਦੋਂ ਇਹਨਾਂ ਨਾਲ ਤਾਰੂਫ ਕਰਵਾਤਾ ਤਾਂ ਤੁਹਾਨੂੰ ਇਹ ਪਤਾ ਲੱਗਣਾ ਵੀ ਜਦੋਂ ਤੁਸੀਂ ਪੂਰਾ ਪ੍ਰੋਗਰਾਮ ਦੇਖਣਾ ਹੈ ਵੀ ਕਿਹੜਾ ਬੰਦਾ ਕੀ ਕੀ ਬੋਲ ਰਿਹਾ ਹਰ ਬੰਦੇ ਦੇ ਆਪੋ ਆਪਣੇ ਵਿਚਾਰ ਹੁੰਦੇ ਨੇ ਤੇ ਚਰਚਾ ਕਰਨੀ ਹੈ ਜਿਹੜੀ ਉਹ ਬਣਦੀ ਹੁੰਦੀ ਹੈ ਵੀ ਜੋ ਸਾਡੇ ਸਮਾਜ ਚ ਹੋ ਰਿਹਾ ਜੇ ਚੰਗਾ ਹੋ ਰਿਹਾ ਤਾਂ ਵਧੀਆ ਗੱਲ ਹੈ ਜੇ ਮਾੜਾ ਹੋ ਰਿਹਾ ਤਾਂ ਕਿਉਂ ਹੋ ਰਿਹਾ ਤੇ ਜੇ ਰਲਵਾ ਮਿਲਮਾ ਹੋ ਰਿਹਾ ਤੇ ਇਹਦੇ ਪਿੱਛੇ ਕੀ ਕਾਰਨ ਕੀ ਹੈ ਇਹ ਹਰ ਬੰਦੇ ਦੇ ਆਪ ਕੋ ਆਪਣੇ ਵਿਚਾਰ ਹੁੰਦੇ ਨੇ ਤਾਂ ਕੋਸ਼ਿਸ਼ ਇਹ ਹੀ ਹੁੰਦੀ ਵੀ ਚਲੋ ਜੇ ਅਸੀਂ ਰਲ ਮਿਲ ਕੇ ਬੈਠੇ ਆ ਤਾਂ ਕੁਝ ਚਰਚਾ ਹੋ ਜਾਈ ਜਿਹੜੀ ਪੋਜ਼ਿਟਿਵ ਹੋਵੇ ਤੇ ਸਾਰਿਆਂ ਚ ਇੱਕ ਪੋਜ਼ਿਟਿਵ ਜੀ ਜਦੋਂ ਵੇਵਜ਼ ਆਉਂਦੀਆਂ ਤਾਂ ਚੰਗਾ ਹੋਣ ਦੀ ਉਮੀਦ ਵੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਟੈਲ ਸਿੰਘ ਬੁੱਟਰਹੋਰਾ ਨੂੰ ਵੀ ਪੁੱਛੂੰਗਾ ਵੀ ਕਿਹੜੀ ਖਬਰ ਹੈ ਜਿਹੜੀ ਇਹ ਪੜਦੇ ਪਏ ਨੇ ਇੱਕ ਖਬਰ ਹੈਗੀ ਆ ਜੀ ਕਿ ਜਿਹੜੀ ਅੱਜ ਮਹਾ ਸਿਆਸੀ ਡਰਾਮਾ ਆਪੋ ਆਪਣੀ ਡਫਲੀ ਆਪੋ ਆਪਣਾ ਰਾਗ ਸੰਸਦ ਦੇ ਵਿੱਚ ਬਹੁਤ ਭਾਰੀ ਹਗਾਮਾ ਹੋਇਆ ਆ ਤੁਹਾਨੂੰ ਪਤਾ ਹੈ ਕਿ ਮਹਾਰਾਸ਼ਟਰ ਦੇ ਵਿੱਚ ਕੀ ਹੋਇਆ ਮੈਂ ਮੈਂ ਕਹਿੰਦਾ ਕਿ ਜਿਹੜੀ ਬੀਜੇਪੀ ਆ ਇਹਦੀ ਜਿਹੜੀ ਗਿਣਤੀ ਐ ਪੁੱਠੀ ਸ਼ੁਰੂ ਹੋ ਗਈ ਆ ਇਹਨਾਂ ਨੇ ਜੋ ਸੋਚਿਆ ਸੀਗਾ ਕਿ ਇਹ ਹਿੰਦੁਸਤਾਨ ਦੇ ਕਾਂਗਰਸ ਨੂੰ ਖਤਮ ਕਰਕੇ ਤੇ ਆਪਾਂ ਸਾਰੇ ਸਾਰੀਆਂ ਸਟੇਟਾਂ ਦੇ ਆਪਣਾ ਹੀ ਰਾਜ ਹੋਊਗਾ ਮੈਂ ਕਹਿੰਦਾ ਮਹਾਰਾਸ਼ਟਰ ਦੇ ਵਿੱਚ ਉਹ ਹੋਇਆ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਸ਼ਰਦ ਪਵਾਰ ਹੈਗਾ ਇੱਕ ਬਹੁਤ ਹੰੜਿਆ ਹੋਇਆ ਰਾਜਨੀਤਿਕ ਹੈ ਉਹਨੇ ਜਿਸ ਤਰੀਕੇ ਨਾਲ ਇਹਨਾਂ ਦੀ ਛਾਲ ਲਵਾਈ ਆ ਬੀਜੇਪੀ ਦੀ ਉਹ ਬਹੁਤ ਵਧੀਆ ਕੀਤਾ ਗਾ ਨੂੰ ਇੱਕ ਸਬਕ ਹੈ ਉਹ ਮੈਨੂੰ ਲੱਗ ਰਿਹਾ ਹੈ ਕਿ ਬੀਜੇਪੀ ਦੇ ਕੋਲ 100 ਐ ਐਮਐਲਏ ਆ ਤਿੰਨਾ ਗੱਠਜੋੜ ਕੋਲ 156 ਬੀਜੇਪੀ ਆਪਣੇ ਪੱਤੇ ਨਹੀਂ ਖੋਲ ਰਹੀ ਸੀ ਉਹਨਾਂ ਨੇ ਜਿਹੜਾ ਗਵਰਨਰਰੀ ਰਾਜ ਕਰਾਇਆ 6 ਮਹੀਨੇ ਵਾਸਤੇ ਮੈਨੂੰ ਲੱਗ ਰਿਹਾ ਕਿ ਬੀਜੇਪੀ ਦੀ ਇੱਕ ਸੌਰੀ ਨੀਤੀ ਸੀਗੀ ਕਿ 6 ਮਹੀਨਿਆਂ ਦੇ ਵਿੱਚ ਇਹਨਾਂ ਪਾਰਟੀਆਂ ਦੇ ਵਿੱਚੇ ਕੋਈ ਨਾ ਕੋਈ ਕੱਟਵੱਟ ਕਰਕੇ ਵਿੱਚੋਂ ਬਾੜ ਲਵਾਂਗੇ ਪਰ ਮੇਰਾ ਖੜਾ अजीत पवार ਨੇ ਜਿਸ ਤਰੀਕੇ ਨਾਲ ਰਾਜਨੀਤੀ ਖੇਡੀ ਕਿਉਂਕਿ ਉਹਨੇ ਆਪ ਦੇ ਕੇਸਾ ਜਿਹੜਾ ਸंचाई ਘਟਾਲੇ ਦੇ ਵਿੱਚ ਉਹਦਾ ਨਾਂ ਸੀਗਾ ਉਸ ਦੇ ਡੰਡੇ ਤੋਂ ਡਰਦੇ ਨੇ ਉਹਨੇ ਇਹਨਾਂ ਨਾਲ ਤਾਲਮੇਲ ਕਰਕੇ ਤੇ ਦੇਖੋ ਤੁਸੀਂ ਐਂ ਦੇਖੋ 7-8 ਘੰਟਿਆਂ ਦੇ ਵਿੱਚ ਹੀ ਸਾਰੀ ਕਾਰਵਾਈ ਹੋ ਗਈ ਹਾਲਾਂਕਿ ਜਦੋਂ ਰਾਸ਼ਟਰਪਤੀ ਰਾਜ ਹਟਾਇਆ ਜਾਂਦਾ ਉਦੋਂ ਸੈਂਟਰ ਦੇ ਵਿੱਚ ਕੈਬਨਿਟ ਦੀ ਇੱਕ ਮੀਟਿੰਗ ਹੁੰਦੀ ਆ ਜੀ ਜੀ ਪਰ ਉਹ ਸਾਰਾ ਕੁਝ 6-7 ਘੰਟਿਆਂ 'ਚ ਕਰਕੇ ਡਰਾਮਾ ਕਰਕੇ ਤੇ ਭਾਜਪਾ ਨੇ ਆਪਦੀ ਸੌ ਚੁੱਕ ਲਈ ਆ ਤੇ ਉਹ ਨੂੰ ਤੁਸੀਂ ਦੇਖੋ ਆ ਸਾਹਮਣੇ ਆ ਗਈ ਹੈ ਕਿ ਸੱਤ ਕੇਸਾਂ ਦੇ ਵਿੱਚ ਬੰਦ ਹੀ ਕਰਤੇ ਸਿੰਚਾਈ ਘਟਾਲਾ ਜਿਹੜਾ ਬਹੁਤ ਵੱਡਾ ਸਭ ਤੋਂ ਪਹਿਲਾ ਘਟਾਲਾ ਹੋਇਆ ਸੀਗਾ ਜਿਹੜਾ ਤੇ ਉਹ ਨੂੰ ਇਹਨਾਂ ਨੇ ਬੰਦ ਕਰਤਾ ਇਹ ਸਾਹਮਣੇ ਹੁਣ ਬੀਜੇਪੀ ਦੀ ਜਿਹੜੀ ਹੈਗੀ ਆ ਇਹ ਮਾੜੀ ਸੋਚ ਹੈ ਇਹ ਬਿਲਕੁਲ ਸਾਹਮਣੇ ਆ ਗਈ ਹੈ ਬਟਰ ਸਾਹਿਬ ਬਿਲਕੁਲ ਤੁਹਾਡੀ ਜਿਹੜੀ ਤੁਸੀਂ ਗੱਲ ਕੀਤੀ ਵੀ ਤੁਸੀਂ ਇਹ ਕਹੇ ਵੀ ਬੀਜੇਪੀ ਇਹ ਚਾਹੁੰਦੀ ਸੀਗੀ ਕਿ ਕਿਤੇ ਨਾ ਕਿਤੇ ਸਾਰੇ ਹਿੰਦੁਸਤਾਨ ਤੇ ਸਾਡੀ ਹੀ ਪਾਰਟੀ ਦਾ ਰਾਜ ਹੋਵੇ ਜਿਹੜਾ ਰਾਜ ਕਰਦਾ ਜੋ ਸੋਚ ਰੱਖਦਾ ਉਹਦੀ ਹਮੇਸ਼ਾ ਸੋਚ ਐ ਹੀ ਹੁੰਦੀ ਐ ਵੀ ਹਰ ਥਾਂ ਤੇ ਰਾਜ ਉਹ ਮੇਰਾ ਹੀ ਹੋਵੇ ਫਿਰ ਉਹ ਅਸੀਂ ਦੇਖਦੇ ਆਂ ਵੀ ਜਿਹੜੇ ਪਹਿਲਾਂ ਵੀ ਰਾਜੇ ਹੁੰਦੇ ਸੀ ਉਹ ਵੀ ਜਦੋਂ ਦੇਸ਼ਾਂ ਦੇ ਦੇਸ਼ ਜਿੱਤਦੇ ਸੀਗੇ ਹਰ ਬੰਦੇ ਦੀ ਇੱਕ ਪਾਲਿਸੀ ਹੁੰਦੀ ਐ ਪਰ ਉਸ ਜੋ ਉਹ ਕੰਮ ਕਰਦੇ ਨੇ ਉਹਦਾ ਪਰਜਾ ਦਾ ਕੀ ਨੁਕਸਾਨ ਹੁੰਦਾ ਅਸੀਂ ਇਹ ਦੇਖਣਾ ਹੁੰਦਾ ਉਹਦੇ ਪਿੱਛੇ ਮੈਂ ਬਟੂ ਸਰ ਮੈਂ ਇਹ ਕਹਿੰਦਾ ਬਿਲਕੁਲ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਜੋ ਇਹਨਾਂ ਦੇ ਰਾਜਨੀਤਿਕ ਪਾਰਟੀਆਂ ਨੇ ਜੋ ਵੀ ਗੇਮ ਚਲਾਈ ਜੋ ਖੇਡਾਂ ਖੇਡੀਆਂ ਜੋ ਕਦੀ ਉਹਨੂੰ ਪੱਟ ਕਦੀ ਇਹਨੂੰ ਨਾਲ ਰਲਾ ਕਦੀ ਇਧਰਲੇ ਪਾਸੇ ਕਰ ਕਦੀ ਉਹਦਾ ਫੇਵਰ ਕਰ ਉਹਦੇ ਨਾਲ ਅਸੀਂ ਇਸ ਟੌਪਿਕ ਤੇ ਕੱਲ ਵੀ ਗੱਲ ਕੀਤੀ ਸੀ ਉਹਦੇ ਨਾਲ ਲੋਕਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਉਹਦੇ ਵੱਲ ਕੋਈ ਨਹੀਂ ਦੇਖ ਰਿਹਾ ਰਾਜਾ ਆਪਣੀ ਗੱਡੀ ਨੂੰ ਤਾਂ ਦੇਖ ਰਿਹਾ ਪਰ ਉਹ ਇਹ ਨਹੀਂ ਦੇਖ ਰਿਹਾ ਕਿ ਜਿਹੜੀ ਮੇਰੀ ਪਰਜਾ ਉਹਦਾ ਕਿੰਨਾ ਨੁਕਸਾਨ ਹੋ ਰਿਹਾ ਡਾਕਸਪ ਬਹੁਤ ਧੰਨਵਾਦ ਸ਼ਮਿੰਦਰ ਜੀ ਉੱਪਰ ਲੱਗਾ ਹੋਇਆ ਆਪੋ ਆਪਣੀ ਢਫਲੀ ਆਪੋ ਆਪਣਾ ਰਾਗ ਜਿਵੇਂ ਬੁੱਟਰ ਸਾਹਿਬ ਨੇ ਦੱਸਿਆ ਸ਼ਮਿੰਦਰ ਜੀ ਬੜੇ ਲੰਮੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਕਿ ਸੱਤਾ ਦੇ ਵਾਸਤੇ ਹਰ ਪਾਰਟੀ ਕੋਈ ਮੈਂ ਇੱਕ ਕਿਸੇ ਪਾਰਟੀ ਨੂੰ ਨਹੀਂ ਕਹਿਣਾ ਚਾਹਾਂਗਾ ਹਰ ਪਾਰਟੀ ਸੱਤਾ ਤੇ ਅਸীন ਹੋਣ ਵਾਸਤੇ ਬਹੁਤ ਜਾਲ ਵਿਛਾਉਂਦੀਆਂ ਨੇ ਚਲੋ ਉਹਦੇ ਵਿੱਚ ਜੋ ਮਹਾਰਾਸ਼ਟਰ ਦੇ ਵਿੱਚ ਜੋ ਚੱਲ ਰਿਹਾ ਉਹਦੇ ਵਿੱਚ ਜਿਹੜੇ ਉੱਥੋਂ ਦੇ ਮੈਂ ਇਹਦੇ ਵਿੱਚ ਥੋੜਾ ਜਿਆ ਉੱਥੋਂ ਦੇ ਜਿਹੜੇ ਵਸਿੰਦੇ ਆ ਉਹਨਾਂ ਨੂੰ ਵੀ ਮੰਨਦਾ ਕਿ ਉਹਨਾਂ ਵੀ ਕਿਸੇ ਨੂੰ ਅਮੈਂਡਮੈਂਟ ਤੇ ਨਹੀਂ ਦਿੱਤੀ ਕਿਸੇ ਨੂੰ ਇੱਕ ਨੂੰ ਬਹੁਮਤ ਨਹੀਂ ਦਿੱਤਾ ਇਹ ਸਭ ਤੋਂ ਵੱਡੀ ਗਲਤੀ ਹੈ ਕਿਉਂਕਿ ਵੱਖ-ਵੱਖ ਉੱਥੇ ਪਾਰਟੀਆਂ ਨੇ ਸਾਰਿਆਂ ਨੇ ਆਪੋ ਆਪਣੀ ਸਰਕਾਰ ਬਣਾਉਣ ਦਾ ਜ਼ੋਰ ਲਾਉਣਾ ਹੈ ਤੇ ਉਹਨਾਂ ਦਾ ਫਰਜ਼ ਵੀ ਬਣਦਾ ਇੱਕ ਵਧੀਆ ਤੇ ਸੁਚਾਰੂ ਸਰਕਾਰ ਦਈਏ ਉਹਦੇ ਵਿੱਚ ਜੋ ਭੰਨ ਤੋੜ ਚੱਲ ਰਹੀ ਹੈ ਉਹ ਮਾੜੀ ਹੈ ਪਰ ਮੈਂ ਤੇ ਇਹ ਚਾਹੁੰਦਾ ਕਿ ਇੱਕ ਚੰਗੀ ਤੇ ਵਧੀਆ ਜਿਹੜੀ ਲੋਕਾਂ ਦੀ ਸੇਵਾ ਕਰ ਸਕੇ ਐਵੇਂ ਦੀ ਸਰਕਾਰ ਦਾ ਗਠਨ ਹੋਣਾ ਚਾਹੀਦਾ ਇੱਕ ਉਹ ਆਪਦੀ ਭੁੱਖ ਨੂੰ ਛੱਡ ਕੇ ਜੇ ਜਿਵੇਂ ਸ਼ਿਵ ਸੈਨ ਆਲੇ ਨੇ ਉਹ ਕਹਿੰਦੇ ਨੇ ਕਿ ਅਸੀਂ ਬਣ ਜਾਈਏ ਇੱਕ ਦੂਜੇ ਆਪਦੀਆਂ ਜਿਹੜੀਆਂ ਬੀਜੇਪੀ ਬਾਰੇ ਉਹ ਛੱਡ ਕੇ ਮੈਂ ਹਰਿਆਣੇ ਦੇ ਵਿੱਚ ਕੋਈ ਗੱਲ ਮੈਂ ਹਾਂ ਪੂਰੇ ਪੱਤੇ ਕੋਈ ਬੀਜੇਪੀ ਇਹ ਆਪਣਾ ਇਹ ਹੈ ਜਿਵੇਂ ਤੁਸੀਂ ਜਿਵੇਂ ਤੁਸੀਂ ਖਲੋ ਐਵੇਂ ਐਵੇਂ ਇਹ ਗੱਲਾਂ ਕਰਨ ਦੀ ਜੋ ਆਪਾਂ ਸਾਰਥਕ ਗੱਲ ਏ ਟੁਕਮੀ ਗੱਲਾਂ ਉਹ ਕਰੀਏ ਕਿਸੇ ਪਾਰਟੀ ਬਾਰੇ ਆਪਾਂ ਨੂੰ ਬੋਲਣ ਦੀ ਕੋਈ ਲੋੜ ਨਹੀਂ ਕੋਈ ਐਡੇ ਵੱਡੇ ਆਪਾਂ ਸਿਆਸੀ ਲੀਡਰ ਨਹੀਂ ਹੈਗੇ ਨਹੀਂ ਨਹੀਂ ਮੈਂ ਸ਼ਿਵ ਸੈਨਾ ਬਾਰੇ ਵੀ ਸਾਰੀਆਂ ਪਾਰਟੀਆਂ ਸਾਰੀਆਂ ਦਾ ਹੀ ਮੈਂ ਗੱਲ ਕਰਦਾ ਸ਼ਿਵ ਸੈਨਾ ਕਿਹੜੀ ਮੇਰੇ ਕੋਈ ਉਹ ਸਾਰੀਆਂ ਪਾਰਟੀਆਂ ਹੀ ਉੱਥੇ ਆਪਦਾ ਐਡੀ ਛੋਟੀ ਦਾ ਜ਼ੋਰ ਲਾ ਰਹੀਆਂ ਚਲੋ ਮਾੜੀ ਗੱਲ ਹੈ ਕਿ ਭੰਨ ਤੋੜਨੀ ਡੈਮੋਕ੍ਰੇਸੀ ਦਾ ਕਹਾਣਵੀ ਹੈ ਪਹਿਲਾਂ ਵੀ ਚੱਲਦਾ ਆ ਪਰ ਉਹਦੇ ਵਿੱਚ ਚਲੋ ਸੁਧਾਰ ਹੋਇਆ ਕਾਨੂੰਨ ਬਣੇ ਨੇ ਜਿਵੇਂ ਹੁਣ 1/3 ਦਾ ਜਿਹੜਾ ਕਾਨੂੰਨ ਹੈਗਾ ਉਹ ਵਧੀਆ ਉਹਦੇ ਵਿੱਚ ਹੋਰ ਅਮੈਂਡਮੈਂਟ ਕਰਕੇ ਵਿੱਚ ਸੁਧਾਰ ਲਿਆਉਣਾ ਚਾਹੀਦਾ ਮੈਂ ਤੇ ਇੰਨੀ ਗੱਲ ਹੀ ਕਰੀ ਬਿਲਕੁਲ ਬਹੁਤ ਅੱਛੀ ਗੱਲ ਹੈ ਦੇਖੋ ਗੱਲ ਉਹੀ ਹੈ ਜਿਹੜੀ ਹੁਣ ਬੁੱਟਰ ਸਾਹਿਬ ਵੀ ਕਰ ਰਹੇ ਸੀ ਵੀ ਤੁਸੀਂ ਭਾਜਪਾ ਦੇ ਪੱਤੇ ਖੋਲੋ ਅਸੀਂ ਇੱਥੇ ਕਦ ਵਸਤੇ ਬੈਠੇ ਆ ਮੈਂ ਉਹੀ ਕਹਣਾ ਨਾ ਵੀ ਅਸੀਂ ਆਪਾਂ ਇਹਨੂੰ ਜਿਹੜਾ ਹੈ ਨਾ ਆ ਜਿਹੜੀ ਸੱਤ ਹੈ ਇਹਨੂੰ ਅਸੀਂ ਰਾਜਨੀਤੀ ਦਾ ਅਖਾੜਾ ਮੈਨੂੰ ਲੱਗਦਾ ਵੀ ਆਪਾਂ ਨਾ ਬਣਾਈਏ ਤਾਂ ਜ਼ਿਆਦਾ ਵਧੀਆ ਗੱਲ ਹੈ ਕਿਉਂਕਿ ਅਸੀਂ ਚਿੰਤਾ ਕਰਨ ਲਈ ਬੈਠੇ ਹਾਂ ਅਸੀਂ ਚਿੰਤਨ ਕਰਨ ਲਈ ਬੈਠੇ ਹਾਂ ਬਿਲਕੁਲ ਸਾਨੂੰ ਮੇਰੀ ਗੱਲ ਸੁਣੋ ਕੋਈ ਇਹ ਨਹੀਂ ਗੱਲ ਕਰ ਰਿਹਾ ਕਿ ਇਹ ਜਿਹੜਾ ਡਰਾਮਾ ਹੋਇਆ ਹੈ ਇਹ ਹਿੰਦੁਸਤਾਨ ਵਾਸਤੇ ਮਾੜਾ ਹੋਇਆ ਹੈ ਇਹ ਲੋਕਤੰਤਰ ਨੂੰ ਖਤਰਾ ਹੈ ਕਿਤੇ ਇਹ ਥੋੜੀ ਜਿਹੀ ਜੇ ਸੈਂਟਰ ਦੇ ਵਿੱਚ ਪਾਵਰ ਹੈ ਤੇ ਜਿਹਦੀ ਮਰਜ਼ੀ ਕਾਨੂੰਨ ਮਰੋੜ ਦਈਏ ਤੇ ਜਿਹਨੂੰ ਮਰਜ਼ੀ ਬਰੀ ਕਰ ਦਈਏ ਤੁਸੀਂ ਮੈਨੂੰ ਦੱਸੋ 4 ਦਿਨ ਹੋਏ ਆ ਹਜੇ ਉਨੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਦਾ ਤੇ ਸੱਤ ਕੇਸਾਂ ਦੇ ਵਿੱਚੋਂ ਉਹਨੂੰ ਉਹ ਉਹ ਉਹਦੇ ਬੰਦ ਕਰਤੇ ਮੈਂ ਇੱਥੇ ਇਹ ਸਮਝੂਗਾ ਕਿ ਜਿਹੜਾ ਰਾਮਨ ਸੀ ਨਾ ਉਹ ਬਹੁਤ ਬਲੀ ਸੀਗਾ ਉਹ ਕਿਉਂ ਮਰਿਆ ਉਹ ਕੋਈ ਰਾਮਚੰਦਰ ਨਾਲੋਂ ਕੋਈ ਕਮਜ਼ੋਰ ਨਹੀਂ ਸੀਗਾ ਉਹ ਉਹ ਮੈਂ ਕਈ ਦਿਨ ਹੋ ਗਏ ਮੈਂ ਇੱਕ ਇੱਕ ਬੜਾ ਤਖੜਾ ਰੱਗ ਹੀ ਹੈਗਾ ਉਹਦੀ ਮੈਂ ਮਤਲਬ ਕਿ ਉਹਨੇ ਇੱਕ ਬੜਾ ਸੋਹਣਾ ਲਿਖਿਆ ਕਹਿੰਦਾ ਰਾਮਨ ਗਿਆ ਆਰਾਮ ਗਿਆ ਕਹਿੰਦਾ ਇਹਨੂੰ ਬਾ ਤੁਸੀਂ ਦੂਜੇ ਪਾਸੇ ਲੈ ਓ ਰਾਮ ਗਿਓ ਰਾਮਨ ਗਿਓ ਕਹਿੰਦਾ ਰਾਮਨ ਜਿਹੜਾ ਸੀਗਾ ਉਹ ਰੱਬ ਨੂੰ ਟੱਬ ਸਮਝਣ ਲੱਗ ਗਿਆ ਸੀ ਉਹ ਤਾਂ ਗਿਆ ਤੇ ਮੈਨੂੰ ਇਹ ਲੱਗ ਰਿਹਾ ਕਿ ਜਿਹੜੀ ਭਾਪੀ ਹੈ ਇਹ ਵੀ ਇਹਦੇ ਵਿੱਚ ਵੀ ਜਿਹੜਾ ਹੈਗਾ ਇਹਦੇ ਚ ਹੰਕਾਰ ਆ ਗਿਆ ਇਹ ਵੀ ਜਿਹੜਾ ਰੱਬ ਨੂੰ ਹੈ ਨਾ ਜਿਹੜਾ ਰਾਮ ਨੂੰ ਹਾਂਜੀ ਇਹ ਵੀ ਟੱਬ ਸਮਝਣ ਲੱਗ ਗਏ ਤੇ ਇਹਦਾ ਹੁਣ ਜਿਹੜੀ ਹੈਗੀ ਆ ਵਾਪਸੀ ਹੋ ਗਈ ਆ ਵਾਪਸ ਹੋ ਗਈ ਆ ਇਹ ਸਿਆਸਤ ਬਹੁਤ ਜ਼ਰੂਰੀ ਹੈ ਸਿਆਸਤ ਦੇ ਨਾਲ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਇਹਦੇ ਵਿੱਚ ਜਿਹਦੇ ਕੋਲ ਵੀ ਰਾਜ ਸੱਤਾ ਆਈ ਹੈ ਨਾ ਚਾਹੇ ਰਾਜੇ ਮਹਾਰਾਜੇ ਸੀ ਉਹਨਾਂ ਆਪਣੀਆਂ ਚਲਾਈਆਂ ਜੇ ਪਸ਼ੋਕੜ ਵਾਲਾ ਚਾਤ ਮਾਰੀ ਜਾਂ ਕਾਂਗਰਸ ਤੇ ਵੀ ਇਹ ਇਤਿਹਾਸ ਕਈ ਵਾਰੀ ਉਧਰ ਆਇਆ ਜੇ ਆਪਾਂ ਪਾਰਟੀਆਂ ਦੇ ਚੱਕਰ 'ਚ ਪਾਵਾਂਗੇ ਪਾਰਟੀ ਬਾਈ ਤੋਂ ਉੱਪਰ ਕਾਂਗਰਸ ਨੇ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਭਜਨ ਲਾਲ ਨੂੰ ਜਦੋਂ ਸੀਐਮ ਬਣਾਇਆ ਚੌਧਰੀ ਦੇਵੀ ਲਾਲ ਨੂੰ ਮੈਂ ਕਹਿਣਾ ਨਹੀਂ ਚਾਹਾਂਗਾ ਉਦੋਂ ਹੱਥ ਵੀ ਚੁੱਕਣਾ ਪਿਆ ਰਾਜਪਾਲ ਤੇ ਜਦੋਂ ਉਹਨਾਂ ਤੁਸੀਂ ਸਾਰੇ 82 ਦੇ ਵਿੱਚ ਤੁਸੀਂ ਸਾਰੇ ਪੜਿਆ ਵੀ ਇਹ ਸੁਣਿਆ ਵੀ ਜਿਹੜੇ ਮੇਰੇ ਵੱਡੇ ਬਜ਼ੁਰਗ ਬੈਠੇ ਨੇ ਭਜਨ ਲਾਲ ਦੀ ਸਰਕਾਰ ਬਣਾਤੀ ਬਹੁਮਤ ਨਾ ਹੋਣ ਦੇ ਇਹ ਹੀ ਜਿਹੜਾ ਘਟਨਾ ਸੀ ਜੋ ਡਰਾਮਾ ਸੀਗਾ ਉਹ ਕਾਂਗਰਸ ਨੇ ਵੀ ਰਚਦੀ ਰਹੀ ਹੈ 50 ਸਾਲ ਰਚਦੀ ਰਹੀ ਹੈ ਇਹਦੇ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਉਹ ਨਹੀਂ ਉਹ ਵੀ ਮੜਿਆ ਸਿਆਸਤ ਸਿਆਸਤ ਚੰਗੇ ਕੰਮ ਤੇ ਹੋਣੀ ਚਾਹੀਦੀ ਹੈ ਬੁੱਟਰ ਸਾਹਿਬ ਕਿਸੇ ਵੀ ਇੱਕ ਪਾਰਟੀ ਨੂੰ ਆਪਾਂ ਉਹਦਾ ਕੋਈ ਦੋਸ਼ੀ ਉਹਦਾ ਵੀ ਕੋਈ ਆਪਾਂ ਦੋਸ਼ੀ ਨਹੀਂ ਹਾਂ ਨਿੰਦਿਆ ਇਹ ਜਿਹਦੇ ਹੱਥ 'ਚ ਪਾਵਰ ਆਉਂਦੀ ਇਹ ਤੁਸੀਂ ਮੰਨਦੇ ਨਾ ਹਾਂ ਬਿਲਕੁਲ ਇਹ ਤੁਸੀਂ ਮੰਨਦੇ ਹੋ ਨਾ ਅਸੀਂ ਕਿਰਵੇ ਜੇ ਗਲਤ ਕੀਤਾ ਤਾਂ ਮਾੜਾ ਹੈ ਜੇ ਵੀ ਗਲਤੀ ਹੈ ਬਿਲਕੁਲ ਮਾੜਾ ਮਾੜਾ ਕੀਤਾ ਹੈ ਜੇ ਉਹਨਾਂ ਨੇ ਗਲਤ ਕੀਤਾ ਨਾ ਮਾੜਾ ਕੀਤਾ ਬੱਟਰ ਸਾਹਿਬ ਇਹ ਬੜੀ ਜਿਹੜੀ ਬਹਿਸ ਹੈ ਮੈਂ ਥੋੜਾ ਲੇਟ ਪਹੁੰਚਿਆ ਮੈਨੂੰ ਬਾਹਲੀ ਨੌਲੇਜ ਥੋੜੀ ਪਤਾ ਨਹੀਂ ਲੱਗਿਆ ਕਿਸ ਕਰ ਰਹੇ ਹਨ ਮਹਾਰਾਸ਼ਟਰ ਵਾਲਾ ਕਿਹਨੂੰ ਨਹੀਂ ਪਤਾ ਲੇਟ ਮਹਾਰਾਸ਼ਟਰ ਵਾਲਾ ਜਿਹੜਾ ਮੁੱਦਾ ਹੈ ਜੀ ਮਹਾਰਾਸ਼ਟਰ ਵਾਲੇ ਮੁੱਦੇ ਦੇ ਜਿਹੜਾ ਬੱਟਰ ਸਾਹਿਬ ਤੁਸੀਂ ਨਿਰਾਪੋਰਾ ਇੱਕ ਪਾਰਟੀ ਨੂੰ ਆਪਾਂ ਬਲੇਮ ਨਹੀਂ ਕਰ ਸਕਦੇ ਅਸਲ ਜਿਹੜਾ ਆਪਣਾ ਹਿੰਦੁਸਤਾਨ ਦਾ ਸਿਸਟਮ ਹੈ ਉਹੀ بڑا ਨਿੱਗਰ ਚੁੱਕਿਆ ਜਿਹਨੂੰ ਆਪੇ ਕਹਿ ਸਕਦੇ ਆ ਵੀ ਪਹਿਲਾਂ ਸ਼ੇਵ ਸ਼ੈਨਾ ਨੇ ਉੱਥੇ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਚੋਣ ਲੜੀ ਸਾਰੀ ਸਾਰੀ ਦੁਨੀਆ ਨੂੰ ਪਤਾ ਹੈ ਵੀ ਉੱਥੇ ਉਹਨਾਂ ਨੇ ਕਾਂਗਰਸ ਦੇ ਖਿਲਾਫ ਐਨਸੀਪੀ ਦੇ ਖਿਲਾਫ ਲੜ ਕੇ ਚੋਣ ਰਲ ਕੇ ਚੋਣ ਲੜੀ ਤੇ ਫਖੀਰੀ ਆ ਕੇ ਸਿਰਫ ਮੁੱਖ ਮੰਤਰੀ ਦੀ ਗੱਦੀ ਪਿੱਛੇ ਉਹਨਾਂ ਨੇ ਜਿਹੜਾ ਆ ਦਾ ਐਲਾਈਅੰਸ ਤੋੜਿਆ ਇਹਦੇ 'ਚ ਕੋਈ ਸ਼ੱਕ ਨਹੀਂ ਉੱਥੇ ਕੋਈ ਨੈਤਿਕਤਾਪ ਇਹ ਨਹੀਂ ਕਹਿ ਸਕਦੇ ਵੀ ਕੱਲੀ ਭਾਜਪਾ ਨੇ ਕੀਤਾ ਹੈ ਉਹਨਾਂ ਨੇ ਕੀ ਕੀਤਾ ਉਹ ਵੀ ਸਾਰੇ ਲੋਕਾਂ ਨੂੰ ਪਤਾ ਹੈ ਉਹਨਾਂ ਨੇ ਸਿਰਫ ਇੱਕ ਹੀ ਚਰਤ ਰੱਖੀ ਹੈ ਕਿਸਾ ਨੂੰ ਮੁੱਖ ਮੰਤਰੀ ਦੀ ਗੱਦੀ ਚਾਹੀਦੀ ਹੈ ਸਾਡਾ ਮਹਾਰਾਸ਼ਟਰ ਦਾ 2.5 ਸਾਲ ਤੁਸੀਂ ਕਰੋ 2.5 ਸਾਲ ਸਾਨੂੰ ਮਹਾਰਾਸ਼ਟਰ ਦਾ ਮੁੱਦਾ ਉੱਥੇ ਪਿੱਛੇ ਹੋ ਗਿਆ ਉੱਥੇ ਲੋਕਾਂ ਦਾ ਮੁੱਦਾ ਉੱਥੇ ਪਿੱਛੇ ਜਾਵੜਿਆ ਉੱਥੇ ਮੁੱਦਾ ਕੀ ਰਹਿ ਗਿਆ ਕੁਰਸੀ ਦਾ ਕਾਂਗਰਸ ਚਾਹੁੰਦੀ ਹੈ ਵੀ ਮੈਨੂੰ ਮਿਲ ਜੇ ਚੇਪਚਾਨਾ ਚਾਹੁੰਦੀ ਸੀ ਮੈਨੂੰ ਮਿਲ ਜੇ ਭਾਰਤੀ ਜਨਤਾ ਪਾਰਟੀ ਮੈਂ ਵੀ ਇਹੀ ਕਹਿ ਰਿਹਾ ਸੀ ਹੁਣ ਵੀ ਇਹੀ ਗੱਲ ਚੱਲ ਰਹੀ ਸੀ ਮੈਂ ਕਿਹਾ ਦੇਖੋ ਜਿਨ੍ਹਾਂ ਨੇ ਰਾਜ ਕਰਨਾ ਉਹਨਾਂ ਨੂੰ ਤਾਂ ਸਿਰਫ ਆਪਣੀ ਰਾਜ ਗੱਦੀ ਦੇਖਦੀ ਆ ਲੋਕਾਂ ਦਾ ਤਾਂ ਪਿੱਛੇ ਜਾਵੜਿਆ ਨਾ ਜੀ ਅਕਾਲੀ ਦਲ ਵਾਸਤੇ ਤਾਂ ਖੁਸ਼ੀ ਦੀ ਕੁਵਾਰ ਅਮਰਜੀਤ ਸਿੰਘ ਜੀ ਅਮਰਜੀਤ ਸਿੰਘ ਜੀ ਦੇ ਬਿਆਨ ਸੁਣੋ ਕੀ ਕਹਿਣਾ ਚਾਹੁੰਦੇ ਨੇ ਲਓ ਜੀ ਜਿਹੜਾ ਕੁਝ ਹੁਣ ਆਪਣੇ ਦੇਹ ਚ ਹੋ ਰਿਹਾ ਇਹ ਬਹੁਤ ਮਾੜਾ ਹੋ ਰਿਹਾ ਮੰਦ ਭਾਗਾ ਹੋ ਰਿਹਾ ਜੋ ਸਿਆਸਤ ਹੋ ਰਹੀ ਹੈ ਇਹ ਗੰਧਲੀ ਤੇ ਪਛਾਂਖ ਚੂ ਸਿਆਸਤ ਹੋ ਰਹੀ ਹੈ ਇਹ ਸਿਆਸਤ ਲੋਕਾਂ ਵਾਸਤੇ ਲੋਕਾਂ ਦੀ ਭਲਾਈ ਵਾਸਤੇ ਹੋਣੀ ਚਾਹੀਦੀ ਹੈ ਇੱਕ ਲੋਕਾਂ ਦਾ ਵੀ ਥੋੜਾ ਜਿਹਾ ਇਹੀ ਗੱਲ ਹੋ ਗਿਆ ਵੀ ਇਹ ਕਰਪਸ਼ਨ ਨੂੰ ਜਾਂ ਹੋਰ ਕਿਸੇ ਨੂੰ ਮਾਨਤਾ ਬੜੀ ਸੌਖੀ ਦੇ ਦਿੰਦੇ ਆ ਜੇ ਹੁਣ ਮੰਨ ਲਓ ਵੀ ਕਿਸੇ ਪਿੰਡ ਦੇ ਸਰਪੰਚ ਨੇ ਗ੍ਰਾਂਟ ਖਾਦੀ ਆਪਾਂ ਕਹਿ ਦਈਏ ਵੀ ਆਪਾਂ ਹੀ ਪਿੰਡ ਦਾ ਸਰਪੰਚ ਗ੍ਰਾਂਟ ਖਾ ਗਿਆ ਵੀ ਇੰਨੀ ਹੀ ਰਿਆ ਫੇਰੀ ਕਰ ਗਿਆ ਲੋਕ ਨਾਲ ਦੀ ਨਾਲ ਕਹਿੰਦੇ ਆ ਭਾਈ ਖਾਣੀ ਐ ਨੇ ਪੈਸੇ ਖਰਚੇ ਆ ਜਿੰਤਣ ਦੇ ਪੈਸੇ ਖਰਚੇ ਆ ਆਪਣੀ ਸੋਚ ਇੱਥੋਂ ਤੱਕ ਰਹਿ ਗਈ ਆਪਾਂ ਹਰ ਇੱਕ ਗੱਲ ਨੂੰ ਬੜੀ ਵਧੀਆ ਮੰਨ ਜਿਵੇਂ ਹੁਣ ਇਦਾਂ ਗੱਲ ਵੀ ਵੀ ਸਿਆਸਤ ਤਾਂ ਕਰਨੀ ਹੀ ਹੁੰਦੀ ਹੈ ਸਿਆਸਤ ਕਰਨੀ ਹੁੰਦੀ ਹੈ ਸਿਆਸਤ ਚੰਗੇ ਕੰਮਾਂ ਦੀ ਕਰਨੀ ਚਾਹੀਦੀ ਆ ਮਾੜੇ ਕੰਮਾਂ ਦੀ ਨਹੀਂ ਲੋਕਾਂ ਨੇ ਤੁਹਾਨੂੰ ਵੇਖੋ ਚੁਣਿਆ ਸਾਰਾ ਕੁਝ ਕੀਤਾ ਪਰ ਕੀ ਬਾਜੀ ਡਰਾਮੇ ਬਾਜੀ ਕਰੀ ਜਨੇ ਹੁਣ ਆਮ ਹੀ ਗੱਲ ਚੱਲੀ ਜਾਂਦੀ ਹੈ ਵੀ ਯਾਰ ਇੰਨੇ ਐਮਐਲਏ ਕੋਈ ਵੀ ਐ ਇੰਨੇ ਚ ਤੋੜ ਲੈਣਗੇ ਇੰਨੇ ਵਿਕ ਜਾਣਗੇ ਇੰਨਾਂ ਦੀ ਖਰੀਦੋ ਫਰੋਕਤੂ ਇਹਦਾ ਮਤਲਬ ਇਹ ਸਾਰਾ ਕੁਝ ਆਪਣੇ ਦੇਸ਼ ਚ ਚੱਲਦਾ ਹੈ ਆਪਾਂ ਨੂੰ ਸੰਗ ਹੀ ਨਹੀਂ ਆਉਂਦੀ ਇਹ ਗੱਲਾਂ ਕਰਦਿਆਂ ਨੂੰ ਆਪਾਂ ਸਭ ਸਭ ਕਾਸੇ ਨੂੰ ਮਾਨਤਾ ਦਿੱਤੀ ਵੀ ਆ ਕੰਮ ਨੂੰ ਵੀ ਹਾਂ ਭਾਈ ਇਹ ਸਾਡੇ ਦੇਸ਼ 'ਚ ਚੱਲਦਾ ਐਂ ਹੋਊਗਾ ਇਹਨੂੰ ਖਰੀਦ ਲੈਣਗੇ ਉਹ ਆਪਣੇ ਲੈਣ ਵਾਸਤੇ ਵੀ ਤਿਆਰ ਹੈ ਤੇ ਵਿਕੜ ਵਾਸਤੇ ਵੀ ਤਿਆਰ ਹੈ ਜਿਹੜਾ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਦੇਖੋ ਜੀ ਜੁਗਾ ਜੰਤਰਾ ਤੋਂ ਹੀ ਜੋ ਸਰਕਾਰ ਜਿਹਦੇ ਹੱਥ 'ਚ ਰਾਜ ਹੁੰਦਾ ਉਹ ਆਪ ਦਾ ੱੱਕਾ ਚਲਾਉਂਦਾ ਪਰ ਮੈਂ ਚਾਹੁੰਦਾ ਡੈਮੋਕ੍ਰੈਟਿਕ ਰਾਜ ਦੇ ਵਿੱਚ ਵੋਟਰਾਂ ਨੂੰ ਸਮੇਂ ਦਾ ਹਾਨੀ ਹੋਣਾ ਚਾਹੀਦਾ ਕਿ ਉਹਨਾਂ ਨੂੰ ਜੋ ਇਹ ਕੰਮ ਕਰਦੇ ਨੇ ਰਾਜਨੀਤਿਕ ਲੋਗ ਉਹਨਾਂ ਦੀਆਂ ਖਟਰਾਵਾਂ ਤੇ ਨਿਗਾ ਰੱਖਣੀ ਚਾਹੀਦੀ ਹੈ ਅੱਗੇ ਤੋਂ ਉਹਨਾਂ ਦੇ ਉੱਤੇ ਇਹ ਡਰ ਹੋਣਾ ਚਾਹੀਦਾ ਹੈ ਕਿ ਅਸੀਂ ਇਹ ਗੱਦੀ ਦੇ ਲਾਲਚ ਕਰਕੇ ਨਾ ਲੋਕਾਂ ਦੀ ਪੜ੍ਹਾਈ ਜਾਂ ਸਮਾਜ ਦੀ ਪੜ੍ਹਾਈ ਦੇ ਤੌਰ ਤੇ ਹੀ ਲੀਡਰ ਨੂੰ ਪਰਾਉਣਾ ਚਾਹੀਦਾ ਇੱਕ ਲਾਲਚੀ ਬੰਦੇ ਨੂੰ ਲੀਡਰ ਉੱਤੇ ਆਉਣ ਦੇਣਾ ਹੀ ਨਹੀਂ ਚਾਹੀਦਾ ਪਬਲਿਕ ਨੂੰ ਆਪਣੇ ਬੋਰਡ ਦੇ ਅਧਿਕਾਰ ਦੇ ਨਾਲ ਮੈਂ ਤਾਂ ਇੱਥੇ ਇਹੀ ਸਮਝਦਾ ਕਿ ਵੋਟਰਾਂ ਨੂੰ ਸਮੇਂ ਦਾ ਹਾਨੀ ਹੋ ਕੇ ਇਹਨਾਂ ਤੇ ਕੰਟਰੋਲ ਕਰਨਾ ਚਾਹੀਦਾ ਨਾ ਕਿ ਕਿਸੇ ਸਰਕਾਰੀ ਨਾਲ ਜੇ ਸਰਕਾਰ ਜਾਂ ਸੀਵੀਆਈ ਨੂੰ ਕਹਾਂਗੇ ਜਾਂ ਕੋਈ ਸੁਪਰੀਮ ਕੋਰਟ ਨੂੰ ਕਹਾਂਗੇ ਵੀ ਉਹ ਕੰਟਰੋਲ ਕਰਨ ਉਹ ਇਹਨਾਂ ਦੇ ਹੱਥ 'ਚ ਹੈ ਪਰ ਪਬਲਿਕ ਇਹਨਾਂ ਤੇ ਕੰਟਰੋਲ ਕਰ ਸਕਦੀ ਹੈ ਸਿਰਫ ਪਬਲਿਕ ਨੂੰ ਹੀ ਸਮਝਦਾ ਹਾਣੀ ਹੋਣਾ ਚਾਹੀਦਾ ਅਖੀਰ ਅਮੀਰ ਸਿੰਘ ਜੀ ਮੈਂ ਇੱਕ ਬੇਨਤੀ ਕਰਦਾ ਜੋ ਤੁਸੀਂ ਸੀਗਾ ਤੁਸੀਂ ਕਿਹਾ ਅਸੀਂ ਇਹਨਾਂ ਸਹਿਮਤ ਹੈ ਪਰ ਕਾਰਨ ਕੀ ਸਾਡੀਆਂ ਜਿਹੜੀਆਂ ਨੀਤੀਆਂ ਇਹਨਾਂ ਲੋਕਾਂ ਦੀਆਂ ਜਿਹੜੇ ਸਾਡੇ ਲੀਡਰਸ਼ਿਪ ਹੈਗੀ ਇਹ ਪਹਿਲਾਂ ਜਮ੍ਹਾਂ ਕਰ ਚੁੱਕੇ ਹੈ ਵੇਖੋ ਮਿੰਟ ਲਾਉਂਦੇ ਆ ਆ ਆ ਆਦੀ ਪਾਰਟੀ ਦਾ ਤੋੜ ਕੇ ਸਿਆ ਜੋੜ ਲਿਆ ਜੀ ਇਹ ਬਹੁਤ ਵਧੀਆ ਜੀ ਬੰਦਾ ਮਿੰਟ ਉਹਨੂੰ ਟਿਕਟ ਦੇ ਦੀ ਉਹਨੂੰ ਟਿਕਟ ਦੇਤੀ ਇਹ ਆਪ ਦੀਆਂ ਖੇਡਾਂ ਖੇਢੀ ਜਾਂਦੇ ਆ ਇਹਨਾਂ ਨੂੰ ਕੋਈ ਤਾਲਕਾ ਨਹੀਂ ਤੁਹਾਡੇ ਨਾਲ ਨਾ ਇਹ ਲੋਕਾਂ ਨਾਲ ਸਹਿਮਤ ਹੈ ਇਹਨਾਂ ਦਾ ਸਿਰਫ ਕੀ ਆਪਦੀ ਗੱਦੀ ਤੇ ਆਪਦਾ ਪੈਸਾ ਜਿੱਥੇ ਇਹਨਾਂ ਨੂੰ ਚਾਨਣ ਦੀ ਅਗਿਆਰੀ ਲੱਗਦੀ ਹੈ ਵੀ ਆ ਚਾਨਣ ਦੀ ਅਗਿਆਰੀ ਜਗਦੀ ਉਹਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਦੇਖੋ ਮੈਂ ਮੈਂ ਬਿਲਕੁਲ ਸਰਦਾਰ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਦੇਖੋ ਜੀ ਜਿਹੜਾ ਇਹ ਅੱਜ ਦਾ ਮਸਲਾ ਚੱਲ ਰਿਹਾ ਹੈ ਨਾ ਵੀ ਵੋਟਾਂ ਪੈਂਦੀਆਂ ਹੈ ਭਾਰਤ ਦੇ ਵਿੱਚ ਕਿੰਨੇ ਸੂਬੇ ਹਰੇਕ ਸੂਬੇ ਦੇ ਵਿੱਚ ਜੇ ਮੈਂ ਪਤਾ ਨੇ ਇੰਡੀਆ ਲੈਵਲ ਤੇ 4-5 ਪਾਰਟੀਆਂ ਹੀ ਆ ਜਿਹੜੀਆਂ ਰਾਸ਼ਟਰੀ ਪੱਧਰ ਤੇ ਆ ਤੇ ਬਾਕੀ ਖੇਤਰੀ ਪਾਰਟੀਆਂ ਸਾਰੀਆਂ ਹੀ ਸਾਰਿਆਂ ਦੇ ਥਾਵਾਂ ਤੇ ਬਹੁਤ ਜਗ੍ਹਾ ਤੇ ਬਹੁਤ ਵਾਰੀ ਇਸ ਤਰ੍ਹਾਂ ਆਇਆ ਹੈ ਵੀ ਕਿਸੇ ਨੂੰ ਕੋਈ ਸਪਸ਼ਟ ਬਹੁਮਤ ਨਹੀਂ ਮਿਲਦਾ ਹੈਗਾ ਤੇ ਉਹਦੀ ਆੜ ਦੇ ਵਿੱਚ ਸੌਦੇਬਾਜ਼ੀ ਹੁੰਦੀ ਹੈ ਕੋਈ ਤਾਂ ਪਾਰਟੀਆਂ ਦੇ ਆਪਸੀ ਪਹਿਲਾਂ ਇੱਕ ਦੂਜੇ ਦੇ ਖਿਲਾਫ ਉਹ ਲੜੇ ਹੁੰਦੇ ਆ ਚੋਣਾਂ ਦੇ ਵਿੱਚ ਚੋਣਾਂ ਦੇ ਬਾਅਦ ਜੋ ਨਤੀਜੇ ਆ ਜਾਂਦੇ ਆ ਉਹ ਇੱਕ ਦੂਜੇ ਨੂੰ ਸਹਿਯੋਗ ਦੇ ਬਦਲੇ ਆਪਣੀਆਂ ਪੁੱਠੀਆਂ ਸਿੱਧੀਆਂ ਸ਼ਰਤਾਂ ਮੰਨਵਾਉਣ ਦੀ ਕੋਸ਼ਿਸ਼ ਕਰਦੇ ਆ ਵੀ ਸਾਡੀਆਂ ਨੀਤੀਆਂ ਮੰਨਿਓ ਤੁਸੀਂ ਤੇ ਮੇਰੇ ਹਿਸਾਬ ਨਾਲ ਤਾਂ ਇਹ ਲੇਹਿਆ ਵੀ ਸੰਵਧਾਨ ਵਿੱਚ ਸੋਧ ਹੋਣੀ ਚਾਹੀਦੀ ਹੈ ਜਿਹੜੀ ਸਿੰਗਲ ਲਾਰਜੇਸਟ ਪਾਰਟੀ ਹੈ ਉਹਨੂੰ ਸਰਕਾਰ ਬਣਾਉਣ ਦਾ ਸੱਦਾ ਮਿਲਣਾ ਚਾਹੀਦਾ ਤੇ ਹੋਰ ਇਹ ਬਹੁਮਤ ਵਾਲੀ ਗੱਲ ਖਤਮ ਕਰ ਦੇਣੀ ਚਾਹੀਦੀ ਹੈ ਹਾਂ ਮੈਂ ਵੀ ਇਹ ਭਾਈ ਸਾਹਿਬ ਦੀ ਗੱਲ ਨਾਲ ਬੜਾ ਸਹਿਮਤ ਹਾਂ ਜੀ ਜਿਹੜਾ ਮੇਨ ਗੱਲ ਇਹ ਹੀ ਅੱਜਕੱਲ੍ਹ ਆਪਣੇ ਜਿਹੜਾ ਇਲੈਕਸ਼ਨਾਂ ਤੋਂ ਬਾਅਦ ਦਾ ਗੱਠਜੋੜ ਆਏ ਨੇ ਸਾਡੀ ਰਾਜਨੀਤੀ ਨੂੰ ਇੰਨਾ ਗੰਦਲਾ ਕਰ ਦਿੱਤਾ ਹੈ ਇੰਨੀ ਬਲੈਕਮੇਲਿੰਗ ਹੋਣ ਲੱਗ ਗਈ ਇਹਦੇ ਵਿੱਚ ਹਰ ਪਾਰਟੀ ਕਿਸੇ ਵੀ ਸਟੇਟ ਦੇ ਵਿੱਚ ਜਾਵੜੋ ਇਹਨਾਂ ਦੀ ਗੱਲ ਨਾਲ ਮੈਂ 100% ਸਹਿਮਤ ਆ ਵੀ ਸਿੰਗਲ ਲਾਰਜਸਟ ਪਾਰਟੀ ਜੇ ਮਹਾਰਾਸ਼ਟਰ ਦੀ ਵੀ ਆਪਾਂ ਗੱਲ ਕਰੀ ਜੇ ਵੀ ਉੱਥੇ ਭਾਰਤੀ ਜਨਤਾ ਪਾਰਟੀ 105 ਸੀਟਾਂ ਬਾਕੀ 50-50 ਸੀਟਾਂ ਵਾਲੇ ਆ ਸਾਰੇ ਵੜੋ ਇਲੈਕਸ਼ਨਾਂ ਤੋਂ ਬਾਅਦ ਇਕੱਠੇ ਹੋ ਕੇ ਉੱਥੇ ਜਿਸ ਤਰ੍ਹਾਂ ਦੀ ਰਾਜਨੀਤੀ ਅੱਜ ਆਪਾਂ ਨੂੰ ਉੱਥੇ ਤੁਸੀਂ ਦੇਖਦੇ ਆ ਵੀ ਹੋਟਲਾਂ ਦੇ ਵਿੱਚ ਲੁਕਾਇਆ ਹੋਇਆ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਐਮਐਲਏ ਨੂੰ ਇਹ ਇਦੇ ਵਾਸਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੱਲੀ ਭਾਰਤੀ ਜਨਤਾ ਪਾਰਟੀ ਜ਼ਿੰਮੇਵਾਰ ਹੈ ਕਿਉਂਕਿ ਸਾਰਾ ਇਹ ਜਿਹੜਾ ਸਿਸਟਮ ਹੈ ਇਹ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਪਿਛਲੇ 70 ਸਾਲ ਤੋਂ ਜਿਹੜਾ ਦੇਸ਼ ਦੇ ਵਿੱਚ ਕਾਂਗਰਸ ਨੇ ਤਾਂ ਇੱਥੋਂ ਤੱਕ ਵੀ ਕੰਮ ਕੀਤੇ ਹੋਏ ਨੇ ਇਹਨਾਂ ਨੇ ਚੁਣੀਆਂ ਹੋਈਆਂ ਸਰਕਾਰਾਂ ਜਿਹੜੀਆਂ ਲੋਕਾਂ ਨੇ ਚੁਣੀਆਂ ਸੀ ਉਹ ਰਾਤੇ ਰਾਤ ਰਾਜ ਫੜ ਰਹੀ ਉਤੜਵਾ ਕੇ ਉਹ ਤੇ ਰਾਸ਼ਟਰਪਤੀ ਰਾਜ ਵੀ ਲਾਗੂ ਕੀਤੇ ਆ ਇਹਦੀਆਂ ਪੰਜਾਬ ਦੇ ਵਿੱਚ ਵੀ ਅਧਾਰਨਾ ਐਆਂ ਵੀ ਦੋ ਤਿੰਨ ਵਾਰ ਇਹਨੇ ਚੁਣੀ ਹੋਈ ਸਰਕਾਰ ਲੋਕਾਂ ਦੀ ਜਿਵੇਂ ਮੁੱਟਰ ਸਾਹਿਬ ਕਹਿ ਰਹੇ ਸੀ ਕਿ ਕਾਂਗਰਸ ਕਦੇ ਇਹ ਨਹੀਂ ਕਰਦੀ ਆਪਾਂ ਇਹ ਨਹੀਂ ਕਹਿ ਸਕਦੇ ਕਾਂਗਰਸ ਨਹੀਂ ਕਰਦੀ ਸਾਰਿਆਂ ਨੇ ਕੀਤਾ ਇੱਥੇ ਵਿਜੀ ਦੇ ਹੱਥ ਲਾਠੀ ਆ ਗਈ ਉਹਨੇ ਲੋਕਾਂ ਤੇ ਚਲਾਈ ਹੈ ਇਹਦੇ ਚ ਆਪਾਂ ਇਹ ਇੱਕ ਕਿਸੇ ਤਰ੍ਹਾਂ ਨੂੰ ਕਾਂਗਰਸ ਨੂੰ ਬਰੀ ਨਹੀਂ ਕਰ ਸਕਦੇ ਭਾਰਤੀ ਜਨਤਾ ਪਾਰਟੀ ਨੂੰ ਆਪਾਂ ਇਹਦੇ ਚ ਦੋਸ਼ ਸਿੱਧਾ ਦੋਸ਼ ਨਹੀਂ ਕਰਾਰ ਦੇ ਸਕਦੇ ਤੇ ਉਹਨਾਂ ਨੂੰ ਬਰੀ ਵੀ ਨਹੀਂ ਕਰ ਸਕਦੇ ਜਿਨ੍ਹਾਂ ਨੇ ਸਾਰਿਆਂ ਨੇ ਆਪਦੀ ਲਾਠੀ ਚਲਾਈ ਹੈ ਜੀ ਪਤਾ ਕੀ ਆ ਅਸੀਂ ਗੱਲ ਕਰਦੇ ਆ ਜਬਾ ਸਪਸ਼ਟ ਤੇ ਤੁਸੀਂ ਕੀ ਕਰਦੇ ਹੋ ਤੁਸੀਂ ਗੱਲ ਗੋਲਮੋਲ ਕਰਦੇ ਹੋ ਮੈਂ ਹੁਣ ਵੀ ਕਹਿੰਦਾ ਹਾਂ ਵੀ ਜੇਕਰ ਕਿਸੇ ਨੇ ਪਹਿਲਾਂ ਮਾਰਾ ਕੀਤਾ ਭਮਾ ਦੀ ਉਹ ਕਾਂਗਰਸ ਪਾਰਟੀ ਨੇ ਕੀਤਾ ਜੇ ਉਹਨਾਂ ਦੇ ਕਿਸੇ ਲੀਡਰ ਨੇ ਕਰਿਆ ਤਾਂ ਉਹ ਮਾਰਾ ਕੀਤਾ ਅਸੀਂ ਅੱਜ ਦੀ ਗੱਲ ਕਰ ਰਹੇ ਆ ਕਿ ਅੱਜ ਸਾਨੂੰ ਨਿੰਦਿਆ ਕਰਨੀ ਸਾਡੀ ਬਣਦੀ ਹੈਗੀ ਆ ਤੂੰ ਖੁੱਲ ਕੇ ਨਿੰਦਿਆ ਕਿਉਂ ਨਹੀਂ ਕਰ ਰਿਹਾ ਅੱਜ ਕਿ ਜਿਹੜਾ ਜਿਹੜਾ ਆ ਡਰਾਮਾ ਚੱਲੀ ਜਾਂਦਾ ਹੈ ਤੇ ਲੋਕਾਂ ਨੂੰ ਡਰਾਅਤ ਭੁਗਾ ਕੇ ਹੁਣ ਚੌਧਰੀ ਨਹੀਂ ਜਿਹੜਾ ਅਜੀਤ ਪਵਾੜ ਹੈ ਨਹੀਂ ਪਹਿਲਾਂ ਇਹ ਦੱਸੋ ਸੱਤ ਕੇਸ ਹੈ ਅੱਜ ਕਿਵੇਂ ਉਹਦੇ ਬੰਦ ਹੋਗੇ ਵੀ ਇਹਦਾ ਮਤਲਬ ਲਾਲਚ ਦਿੱਤਾ ਨਾ ਉਹਨਾਂ ਨੂੰ ਲਾਲਚੀ ਹੋਇਆ ਨਾ ਇਹ ਨਹੀਂ ਤਾਂ ਕਾਂਗਰਸ ਉਹਨੂੰ ਸਪੋਰਟ ਦੇ ਦੇ ਜੇ ਮੈਨੂੰ ਐਂ ਦੱਸੋ ਅੱਜ ਅੱਜ ਡੰਡੇ ਦਾ ਡਰ ਹੈ ਈਡੀ ਦਾ ਡਰ ਹੈ ਲੋਕਾਂ ਨੂੰ ਮੈਂ ਬੁੱਟਰ ਸਾਹਿਬ ਮੈਂ ਲਾਲਚ ਤਾਂ ਬਚਪਨ ਤੋਂ ਸ਼ੁਰੂ ਹੋ ਜਾਂਦਾ ਜਦੋਂ ਬੱਚਾ ਛੋਟਾ ਹੁੰਦਾ ਤਾਂ ਉਹਨੂੰ ਪਿਆਰ ਨਾਲ ਪਿਆਰ ਪੁੱਛਕਾਰ ਕੇ ਵੀ ਤੈਨੂੰ ਮੈਂ ਟੌਫੀ ਦਊਂਗਾ ਤੂੰ ਆ ਕੰਮ ਕਰਕੇ ਆ ਲਾਲਚ ਸ਼ੁਰੂ ਤੋਂ ਸਾਡੀ ਇਸ ਫੈਮਲੀਆ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਲਾਲਚ ਤੋਂ ਬਿਨਾ ਕੋਈ ਬੰਦਾ ਕੋਈ ਕੰਮ ਨਹੀਂ ਕਰਦਾ ਪਰ ਮੈਂ ਇੱਕ ਗੱਲ ਜਿਹੜੀ ਫੇਰ ਉਹੀ ਕਹਿਣਾ ਚਾਹਣਾ ਇੱਕ ਮਿੰਟ ਲੋਹਾਰਾ ਸਾਹਿਬ ਵੀ ਗੱਲ ਫੇਰ ਉੱਥੇ ਮੁੜ ਘੁੜ ਕੇ ਫੇਰ ਉੱਥੇ ਆਂਦੀ ਹੈ ਵੀ ਤੁਸੀਂ ਇਹ ਦੇਖੋ ਵੀ ਇਹ ਜਿਹੜੇ ਨੁਮਾਇੰਦੇ ਹੁੰਦੇ ਆ ਇਸ ਸਾਡਿਆਂ ਚ ਮੰਨ ਲਓ ਅੱਜ ਸਾਥ ਦੇ ਅਸੀਂ ਇੱਥੇ ਬੰਦੇ ਬੈਠੇ ਆਂ ਲੋਹਾਰਾ ਸਾਹਿਬ ਨੂੰ ਅਸੀਂ ਅੱਗੇ ਕਰ ਦਿੰਦੇ ਆਂ ਵੀ ਲੋਹਾਰਾ ਸਾਹਿਬ ਤੁਸੀਂ ਸਾਡੇ ਮੋਢੀ ਹੋ ਸਾਡੇ ਭਰਾ ਹੋ ਅਸੀਂ ਇਹਨਾਂ ਨੂੰ ਮੋਢਿਆਂ ਤੇ ਚੱਕ ਕੇ ਉੱਥੇ ਲੈ ਕੇ ਜਾਂਦੇ ਆਂ ਬਾਅਦ ਚ ਰਾਜਨੀਤੀ ਇੱਕ ਇਸ ਤਰ੍ਹਾਂ ਦਾ ਖੇਤਰ ਹੈ ਇਹੋ ਜੀ ਲਾਈਨ ਹੈ ਜਿਹਦੇ ਵਿੱਚ ਜਾ ਕੇ ਹੋ ਸਕਦਾ ਲੋਹਾਰਾ ਸਾਹਿਬ ਜਿਹੜਾ ਬੰਦੇ ਨੂੰ ਅਸੀਂ ਆਪਣੇ ਮੋਢਿਆਂ ਤੇ ਚੁੱਕ ਕੇ ਲੈ ਕੇ ਜਾਈਏ ਉਹੀ ਕੱਲ ਨੂੰ ਸਾਡੇ ਮੋਢਿਆਂ ਨੂੰ ਤੋੜਨ ਦੀ ਗੱਲ ਕਰਦੇ ਨੇ ਅਸੀਂ ਉਹਨਾਂ ਨੂੰ ਅੱਜ ਅਸੀਂ ਬੜੇ ਪਿਆਰ ਨਾਲ ਗੱਲ ਕਰਦੇ ਵੀ ਹਾਂਜੀ ਇਹ ਬੰਦਾ ਸਾਡਾ ਜਾਂ ਕੱਲ ਨੂੰ ਅਸੀਂ ਡਾਕਟਰ ਸਾਹਿਬ ਨੂੰ ਅੱਗੇ ਲੈ ਜਾਂਦੇ ਆ ਤੁਹਾਨੂੰ ਅੱਗੇ ਲੈ ਜਾਂਦੇ ਆ ਤੁਸੀਂ ਫਿਰ ਅਸੀਂ ਕੀ ਲੱਭਣਾ ਵੀ ਹਾਂਜੀ ਬੁੱਟਰ ਸਾਹਿਬ ਅਸੀਂ ਤੁਹਾਨੂੰ ਮਿਲਣਾ ਤੇ ਤੁਹਾਡੇ ਬਾਹਰ ਅਰਜ਼ਲੀ ਜਿਹੜੇ ਹੋਣਗੇ ਉਹਨਾਂ ਨੇ ਕਹਿੰਦੇ ਨਹੀਂ ਬੁੱਟਰ ਸਾਹਿਬ ਕੋਲ ਟਾਈਮ ਹੈ ਨਹੀਂ ਬੁੱਟਰ ਸਾਹਿਬ ਨੇ ਇਹ ਭੁੱਲ ਜਾਣਾ ਵੀ ਅਸੀਂ ਇਹਨਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਉੱਥੋਂ ਤੱਕ ਲੈ ਕੇ ਗਏ ਆ ਇਹ ਗੱਲ ਜਿਹੜੇ ਰਾਜਨੀਤਿਕ ਸਾਡੇ ਉਹ ਭੁੱਲ ਜਾਂਦੇ ਨੇ ਉਹ ਇਹ ਨਹੀਂ ਦੇਖਦੇ ਵੀ ਜਿੰਨਾ ਕਾਰਨ ਅਸੀਂ ਅੱਗੇ ਆਏ ਆ ਅਸੀਂ ਉਹਨਾਂ ਨੂੰ ਭੁੱਲ ਚੁੱਕੇ ਆ ਇਹ ਸਾਡੀ ਪਰਜਾ ਦੀ ਸਾਡੀ ਆਮ ਜਨਤਾ ਦੀ ਬਹੁਤ ਵੱਡੀ ਪ੍ਰੋਬਲਮ ਹੈ ਅਸੀਂ ਇਹਨਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਉਸ ਥਾਂ ਤੇ ਲੈ ਕੇ ਜਾਂਦੇ ਆਂ ਕੱਲ ਨੂੰ ਫਿਰ ਇਹੀ ਸਾਡੇ ਮੋਢੇ ਤੋੜਦੇ ਨੇ ਇਹ ਸਾਡੇ ਲਈ ਬਹੁਤ ਮਾੜੀ ਗੱਲ ਹੈ ਸਾਡੇ ਬਾਰੇ ਸੋਚਦੇ ਹੀ ਨਹੀਂ ਵੀ ਯਾਰ ਅਸੀਂ ਸਾਨੂੰ ਇਹ ਲੋਕ ਅੱਗੇ ਲੈ ਕੇ ਆਏ ਆ ਤੇ ਅਸੀਂ ਇਹਨਾਂ ਬਾਰੇ ਸੋਚੀਏ ਇਹ ਤਾਂ ਫਿਰ ਉਸ ਤੋਂ ਬਾਅਦ ਸਾਨੂੰ ਭੁੱਲ ਕੇ ਆਪਣੀਆਂ ਗੱਦੀਆਂ ਆਪਣੀਆਂ ਕੁਰਸੀਆਂ ਆਪਣੇ ਬੈਂਕ ਬੈਲੈਂਸ ਆਪਣੇ ਕਾਰੋਬਾਰ ਆਪਣੇ ਰਿਸ਼ਤੇਦਾਰ ਉਹਨਾਂ ਨੂੰ ਅਗਾਹ ਲੈ ਕੇ ਆਂਦੇ ਨੇ ਯਾਰ ਦੋਸਤ ਬੇਲੀ ਜਨਤਾ ਜਿਨ੍ਹਾਂ ਨੇ ਇਹਨਾਂ ਨੂੰ ਅੱਗੇ ਲੈ ਕੇ ਆਇਆ ਹੁੰਦਾ ਉਹਨਾਂ ਬਾਰੇ ਇਹ ਸੋਚਦੇ ਨਹੀਂ ਉਹ ਪੁਲੀ ਸਾਹਿਬ ਤੋਂ ਵੀ ਲੋ ਜੀ ਬੀਜੇਪੀ ਦੇ ਸਾਡੇ ਇਹ ਇਹ ਗੱਲ ਗੱਲ ਇਹ ਨਹੀਂ ਹੈਗੀ ਵੀ ਕੋਈ ਬੀਜੇਪੀ ਤੋਂ ਹੈ ਜਾਂ ਗੱਲ ਕੋਈ ਕਾਂਗਰਸ ਤੋਂ ਹੈ ਅਸੀਂ ਇੱਥੇ ਆਮ ਬੰਦੇ ਬੈਠੇ ਆ ਆਮ ਜਨਤਾ ਬੈਠੀ ਹੈ ਜਿਹੜੀ ਇਹਨਾਂ ਸਾਰੀਆਂ ਗੱਲਾਂ ਤੋਂ ਤਰਸਦਾ ਸਾਰੇ ਬਹੁਤ ਦੁਖੀ ਹੈ ਬਹੁਤ देर बाद ਲੋਹਾਰਾ ਸਾਹਿਬ ਆਪਣੇ ਕੋਲ ਆਏ ਨੇ ਤਾਂਪ ਇਹਨਾਂ ਨਾਲ ਗੱਲ ਸੁਣਦੇ ਨਾ ਮੈਂ ਬੁੱਟਰ ਸਾਹਿਬ ਨੇ ਇੱਕ ਹੀ ਮੁੱਦਾ ਠਾਇਆ ਵੀ ਜਿਹੜੇ ਪਵਾਰ ਸਾਹਿਬ ਆ ਵੀ ਉਹਨਾਂ ਨੇ ਬੜੇ ਕਪੜੇ ਉਹਨਾਂ ਦੇ ਬੜੇ ਇਲਜ਼ਾਮ ਲੱਗਦੇ ਤੇ ਸਾਰੀ ਦੁਨੀਆ ਨੂੰ ਪਤਾ ਵੀ ਉਹਨਾਂ ਦਾ ਜਿਹੜਾ ਰਿਕਾਰਡ ਹੈ ਵੀ ਮਾੜਾ ਹੈ ਇਹਦੇ 'ਚ ਕੋਈ ਕਹਿ ਨਹੀਂ ਸਕਦੇ ਵੀ ਆਪਾਂ ਉਹਨੂੰ ਜਿੰਨਾ ਕੁਛ ਉਹਦੇ ਤੇ ਪਰਚੇ ਈਡੀ ਨੇ ਦਰਜ ਕੀਤੇ ਪਰ ਇੱਕ ਗੱਲ ਮੈਂ ਬੁੱਟਰ ਸਾਹਿਬ ਨੂੰ ਇਹ ਪੁੱਛਣੀ ਚਾਹੁੰਦਾ ਵੀ ਜੇ ਉਹੋ ਹੀ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਟੁੱਟਣ ਤੋਂ ਬਾਅਦ ਕਾਂਗਰਸ ਦੀ ਸਪੋਰਟ ਨਾਲ ਉਹ ਉਪ ਮੁੱਖ ਮੰਤਰੀ ਬਣਦੇ ਆ ਕੀ ਉਹ ਦੁੱਧ ਦੁੱਧ ੋਤੇ ਹੋ ਜਾਣਗੇ ਜਾਂ ਉਹਨਾਂ ਨੇ ਕੋਈ ਪਾਪ ਨਹੀਂ ਕੀਤਾ ਹੋਊਗਾ ਅਸਲ ਦੇ ਵਿੱਚ ਬੁੱਟਰ ਸਾਹਿਬ ਜਿਹੜੀ ਸਾਡੀ ਰਾਜਨੀਤੀ ਹੈ ਸਾਰੀ ਇਦੇ ਚ ਆਪਾਂ ਇਹ ਨਹੀਂ ਕਹਿ ਸਕਦੇ ਇੱਕ ਪਾਰਟੀ ਨੂੰ ਤੁਸੀਂ ਇਹ ਨਹੀਂ ਕਰ ਸਕਦੇ ਲੋਕਾਂ ਲੋਕਾਂ ਦਾ ਹੀ ਪਹਿਲਾਂ ਤਾਂ ਕਸੂਰ ਹੈ ਜਦੋਂ ਆਪਾਂ ਇਹਨਾਂ ਨੂੰ ਵਾਰ-ਵਾਰ ਉਹਨਾਂ ਨੂੰ ਜੁੜ ਜੁੜ ਕੇ ਭੇਜ ਰਹੇ ਹਾਂ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਕਿੰਨੇ ਮੰਤਰੀਆਂ ਦੇ ਪਰਚੇ ਦਰਜ ਹੋਏ ਆ ਛੱਡਿਆ ਕੋਈ ਕਰਪਟ ਉਹ ਜਿਹੜੀ ਜਿਹੜੀ ਸੀਗੀ ਉਹ ਆਪਣੀ ਤਾਮਲ ਲਾਡੂ ਦੀ ਸੀਗੀ ਕੀ ਨਹੀਂ ਕੀ ਨਾ ਸੀ ਇਹ ਇਹ ਨਹੀਂ ਜੇਕਰ ਜੇਕਰ ਸਰਕਾਰ ਸਰਕਾਰ ਕਿਸੇ ਦੀ ਵਿੱਚ ਵੀ ਜੇ ਕੋਈ ਕਰਪਟ ਹੈ ਜੇ ਕੋਈ ਕਰਪਟ ਹੈਗਾ ਤਾਂ ਉਹਤੇ ਪਰਚਾ ਹੋਣਾ ਚਾਹੀਦਾ ਮਨਮੋਹਨ ਸਿੰਘ ਵਲੇ ਕਿੰਨੇ ਪਰਚੇ ਦਰਜ ਕਰਾਏ ਹੋਣਾ ਨਹੀਂ ਨਹੀਂ ਮਨਮੋਹਨ ਸਿੰਘ ਵਲੇ ਦੀ ਪਰਚੇ ਦਰਜ ਕਰਾਏ ਆ ਮੰਨ ਸਕਦੇ ਆ ਗੱਲ ਪਰ ਇੱਕ ਗੱਲ ਵੀ ਰਿਕਾਰਡ ਹੈ ਇਹ ਵੀ ਰਿਕਾਰਡ ਹੈ ਵੀ ਉਹ 10 ਸਾਲਾਂ ਦਾ ਜਿਹੜਾ ਰਾਜ ਸੀ 10 ਸਾਲਾਂ ਦੇ ਵਿੱਚ ਜਿੰਨੇ ਕਪੜੇ 70 ਸਾਲਾਂ ਦੇ ਵਿੱਚ ਆਪਾਂ ਜੇ ਉਹਨਾਂ ਦਾ ਰਿਕਾਰਡ ਕੱਢਣਾ ਤੇ 10 ਸਾਲਾਂ ਦੇ ਵਿੱਚ ਹੀ ਵੱਡੇ ਤੋਂ ਵੱਡੇ ਫਰਾਡ ਹਜ਼ਾਰਾਂ ਕਰੋੜਾਂ ਦੇ ਜਿਹੜਾ ਉਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਐਡੇ-ਐਡੇ ਫਰਾਡ ਹੁੰਦੇ ਆ ਹੁਣ ਤਾਂ ਬੈਂਕਾਂ ਹੀ ਉੱਡੀ ਜਾਂਦੀਆਂ ਨਹੀਂ ਉਹ ਬੈਂਕਾਂ ਜਿਹੜਾ ਇਹ ਜਿਹੜਾ ਮੰਨਦਾ ਇਹ ਆ ਵਰਲਡ ਵਾਇਰ ਚੱਲ ਰਿਹਾ ਇਹ ਨਹੀਂ ਕਹਿ ਸਕਦੇ ਵੀ ਕੱਲੇ ਆਪਣੇ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ 10 ਸਾਲਾਂ ਦੇ ਵਿੱਚ ਬਹੁਤ ਹੀ রেকর্ড ਤੋੜ ਕਪਲੇ ਜਿਹੜੇ ਮਰਮੋਹਨ ਸਿੰਘ ਦੇ ਰਾਜ ਕੀਤੇ ਗਏ ਆ ਇਹ ਭਾਰਤੀ ਜਨਤਾ ਪਾਰਟੀ ਦਾ ਹਜੇ ਤੱਕ ਆਪਣੇ ਸਾਹਮਣੇ ਕੋਈ ਕਪਲੇ ਨਹੀਂ ਹੋਏ ਮੇਰੀ 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 ਕਪਲੇ ਹੋਏ ਮੇਰੇ ਬੋਤੇ ਹੋਏ ਮੇਰੀ 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 ਇੱਕ ਬੇਨਤੀ ਇਹ ਆ ਕਿ ਅਸੀਂ ਅਸੀਂ ਇਸ ਨੂੰ ਇੱਕ ਰਾਜਨੀਤਿਕ ਅਖਾੜਾ ਨਾ ਬਣਾਈਏ ਇਹ ਸਾਡੀ ਸਾਥ ਹੈ ਤਾਂ ਮੈਂ 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 ਇਸ ਲਈ ਅੱਛੀ ਗੱਲ ਹੈ ਖੁਸ਼ੀ ਦੀ ਗੱਲ ਜਿਹੜੀ ਸਾਡੀ ਸਿੱਖ ਕੌਮ ਲਈ ਹੈ ਨਾਨਕ ਨਾਮ ਲੇਵਾ ਵਾਲਿਆਂ ਲਈ ਹੈ ਕਿ ਗੁਰੂ ਨਾਨਕ ਸਾਹਿਬ ਦੇ ਉੱਤੇ ਬ੍ਰਮਟਨ ਕੈਨੇਡਾ ਦੇ ਵਿੱਚ ਉਹਨਾਂ ਦੇ ਨਾਮ ਤੇ ਇੱਕ ਜਿਹੜੀ ਸਟਰੀਟ ਹੈ ਉਹਦਾ ਨਾਮ ਰੱਖਿਆ ਗਿਆ ਹੈ ਇਹਦੇ ਲਈ ਸਾਰੇ ਮੈਂ ਕਹਾਂ ਵੀ ਜਿੰਨੇ ਵੀ ਗੁਰਨਾਨਕ ਸਾਹਿਬ ਨੂੰ ਲੋਕ ਮੰਨਦੇ ਨੇ ਉਹਨਾਂ ਦੇ ਪਾਏ ਪੂਰਨਿਆ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਲਈ ਖੁਸ਼ੀ ਦੀ ਗੱਲ ਹੈ ਕਿ ਯਾਰ ਚਲੋ ਗੁਰਨਾਨਕ ਸਾਹਿਬ ਦਾ ਅਸੀਂ ਕੈਨੇਡਾ ਦੇ ਵਿੱਚ ਉਹਨਾਂ ਦੇ ਨਾਮ ਤੇ ਇੱਕ ਸਟਰੀਟ ਹੈ ਜਿਹੜੀ ਉਹਦਾ ਵੀ ਨਾਮ ਰੱਖਿਆ ਗਿਆ। ਬਾਕੀ ਗੱਲ ਇਹ ਹੁੰਦੀ ਵੀ ਅਸੀਂ ਸਾਰੇ ਜਣੇ ਬੈਠੇ ਆ ਉਹੀ ਹਮੇਸ਼ਾ ਮੈਂ ਗੱਲ ਕਰਦਾ। ਵਿਚਾਰ ਹਰ ਬੰਦੇ ਨੇ ਆਪੋ ਆਪਣੇ ਦੇਣੇ ਨੇ। ਹਰ ਬੰਦੇ ਦੀ ਆਪਣੀ ਆਪਣੀ ਇੱਕ ਭਾਵਨਾ, ਹਰ ਬੰਦੇ ਦਾ ਇੱਕ ਆਪਣਾ ਨਜ਼ਰੀਆ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਤੁਸੀਂ ਉਸ ਨਜ਼ਰੀਏ ਨੂੰ ਪੋਜ਼ਿਟਿਵ ਰੱਖੋ ਤੇ ਸਾਰਿਆਂ ਦੇ ਹੱਕ ਦੀ ਗੱਲ ਕਰੋ, ਲੁਕਾਈ ਦੀ ਗੱਲ ਕਰੋ, ਜਨਤਾ ਦੀ ਗੱਲ ਕਰੋ। ਅੱਜ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਠੀਕ ਹੈ।